ਬਹੁਤ ਵਧੀਆ ਗੱਲ ਕੀਤੀ ਹੈ ਇਹਨਾਂ ਨੇ, ਕਿਹਾ ਕਿ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਬੀਜੇਪੀ ਹੈ, ਦੋਵਾਂ ਕੋਲ ਵਾਸ਼ਿੰਗ ਮਸ਼ੀਨ ਨੇ। ਉਹਨਾਂ ਨੇ ਕਿਹਾ ਕਿ ਜਿਹੜੀ ਈਡੀ ਦਾ ਜਿੱਥੇ ਕੇਸ ਦਰਜ ਹੁੰਦਾ ਹੈ ਉਹ ਧੋ ਦਿੰਦੇ ਨੇ, ਤੁਹਾਡੇ ਕੋਲ ਡਿਟਰਜੈਂਟ ਪਾਊਡਰ ਹੈ ਤੁਸੀਂ ਵੀ ਇਹੀ ਕਰਦੇ ਹੋ, ਤੁਸੀਂ ਜਵਾਬ ਤੁਹਾਡੇ ਤੋਂ ਹੀ ਲਵਾਂਗੇ ਇਸ ਬਾਰੇ। ਜਿੱਥੇ ਐਂ ਦਾਗ ਧੁੱਲ ਜਾਂਦਾ ਐਂ ਕਰਕੇ ਹੈਨਾ, ਉਹ ਦਾਗ ਐਂ ਧੁੱਲ ਜਾਂਦਾ ਹੈ। ਇੱਕ ਵਾਰ ਤੁਹਾਡੇ ਤੋਂ ਇਸਦਾ ਜਵਾਬ ਕੌਣ ਦੋਗੇ, ਤੁਹਾਡੇ ਵਿੱਚੋਂ ਇਸ ਬਾਰੇ ਕੌਣ ਬੋਲੇਗੇ, ਤੁਸੀਂ ਬੋਲੋਗੇ? ਹਾਂਜੀ ਬੋਲੋ। ਮੈਡਮ ਆਮ ਆਦਮੀ ਪਾਰਟੀ ਨੇ ਕਿਸੇ ਰੇਪਿਸਟ ਨੂੰ, ਕਿਸੇ ਏਦਾਂ ਦੇ ਬੰਦੇ ਨੂੰ ਜੋ ਔਰਤਾਂ ਦਾ ਸ਼ੋਸ਼ਣ ਕਰਦਾ ਹੋਵੇ, ਏਦਾਂ ਦੇ ਕਿਸੇ ਬੰਦੇ ਨੂੰ ਟਿਕਟ ਨਹੀਂ ਦਿੱਤੀ ਜੀ? ਬੀਜੇਪੀ ਕੀ ਕੀਤਾ ਇਹਨਾਂ ਨੇ? ਕਟਾਰੂ ਚੱਕ ਆ ਜਾਓ ਦੱਸਾਂ। ਹਾਂਜੀ ਹਾਂਜੀ ਆ ਜਾਓ। ਮਤਲਬ ਬੀਜੇਪੀ ਦੇ ਬ੍ਰਿਜ ਭੂਸ਼ਣ ਜੀ ਜੋ ਵੁਮੈਨ ਉਹਦੇ ਸੀਗੇ ਰੈਸਲਿੰਗ ਦੇ ਫੈਡਰੇਸ਼ਨ ਦੇ ਪ੍ਰਧਾਨ, ਜਿਹਨਾਂ 'ਤੇ ਦੋਸ਼ ਲਗਾਏ ਗਏ ਨੈਸ਼ਨਲ ਓਲੰਪਿਕ ਚੈਂਪੀਅਨਸ ਨੇ, ਕੀ ਸਟੈਂਡ ਲਿਆ ਬੀਜੇਪੀ ਨੇ? ਉਹਨਾਂ ਦੇ ਲੜਕੇ ਨੂੰ ਟਿਕਟ ਦੇ ਦਿੱਤੀ ਹੈ ਜੀ? ਮਣੀਪੁਰ ਦੇ ਵਿੱਚ ਇਹਨਾਂ ਦਾ ਕੀ ਸਟੈਂਡ ਰਿਹਾ? ਤੁਸੀਂ ਗੱਲ ਕਰ ਰਹੇ ਹੋ ਬ੍ਰਿਜ ਭੂਸ਼ਣ ਦੀ, ਜਿਵੇਂ ਤੁਸੀਂ ਕਿਹਾ ਕਿ ਪ੍ਰੂਫ ਨਹੀਂ ਹੋਏ ਇਹਨਾਂ ਤੇ ਇਲਜ਼ਾਮ ਜਿਹੜੇ ਲੱਗੇ। ਮਾਫ ਕਰਨਾ, ਮੈਂ ਉਹੀ ਕਹਿ ਰਹੀ ਹਾਂ ਕਿ ਰਾਜਕੁਮਾਰ ਚੱਬੇਵਾਲ ਤੇ ਵੀ ਜੇ ਕੇਸ ਦਰਜ ਕਰਵਾਇਆ ਆਮ ਆਦਮੀ ਪਾਰਟੀ ਦੇ ਵਰਕਰ ਨੇ ਹੀ ਕਰਵਾਇਆ ਸੀਗਾ, ਹਲਕਾ ਇੰਚਾਰਜ ਨੇ ਕਰਵਾਇਆ, ਤੇ ਕੀ ਹੁਣ ਉਹ ਸਾਰੇ ਜਾਣਕਾਰੀ ਮੈਂ ਦੱਸਦੇ, ਕੇਸ ਦਰਜ ਨਹੀਂ ਹੋਇਆ ਸੀਗਾ, ਇਨਕੁਆਇਰੀ ਚੱਲਦੀ ਪਈ ਸੀ, ਇਨਕੁਆਇਰੀ ਦੇ ਵਿੱਚੋਂ ਕੁਛ ਨਿਕਲਿਆ ਗਾ, ਔਰ ਜਿਹਨੇ ਇਹ ਲੋਕ ਨੇ ਕਹਿੰਦੇ 4600 ਲੋਕਾਂ ਨੂੰ ਜਿਹੜਾ ਨਿਯੁਕਤੀ ਉਹ ਪੱਤਰ ਦਿੱਤੇ ਹੈਗੇ, ਕਿਸੇ ਵੀ ਇੱਦਾਂ ਦੀ ਲੇਡੀਜ਼ ਨੇ ਕਿਸੇ ਘਰ ਵਾਲੇ ਨੇ ਇੱਦਾਂ ਦਾ ਕੁਛ ਨਹੀਂ ਸਾਬਤ ਕਰਕੇ ਦੱਸਿਆ ਕਿ ਕਿਸੇ ਨੇ ਕੋਈ ਦੋਸ਼ ਨਹੀਂ ਲਾਇਆ ਕਿ ਹਾਂਜੀ ਸਾਨੂੰ ਰਾਜਕੁਮਾਰ ਜੀ ਨੇ ਇਹ ਐਫਿਡ ਦਿੱਤੇ ਸੀਗੇ, ਝੂਠਾ ਬਿਆਨ ਦਿੱਤਾ ਸਾਡਾ, ਇਹ ਕੋਈ ਵੀ ਨਹੀਂ। ਆਮ ਆਦਮੀ ਪਾਰਟੀ ਵੱਲੋਂ ਜੇਲ੍ਹ ਦੇ ਡਾਕਟਰ ਰਾਜਕੁਮਾਰ ਨੇ ਜ਼ਮਾਨਤ ਫਾਈਲ ਕੀਤੀ, ਜੇ ਉਹਦਾ ਕੋਈ ਕਸੂਰ ਨਹੀਂ ਸੀਗਾ ਉਹਨੂੰ ਵਿਜੀਲੈਂਸ ਤੋਂ ਡਰ ਕਾਹਦਾ ਸੀ, ਐਂਟੀਸਪੇਟਰੀ ਬੇਲ ਕਿਉਂ ਫਾਈਲ ਕੀਤੀ? ਇਹਨਾਂ ਦੇ 20 ਵਕੀਲ ਉੱਥੇ ਖੜੇ ਸੀ ਕਿ ਵੀ ਇਹਦੀ ਬੇਲ ਨਹੀਂ ਹੋਣੀ ਚਾਹੀਦੀ, ਅੱਜ ਇਹ ਗੱਲ ਕਰਦੇ ਵੀ ਉਹਦੇ ਦੋਸ਼ ਸਾਬਤ ਨਹੀਂ ਹੋਏ, ਹਲਕਾ ਇੰਚਾਰਜ ਇਹਨਾਂ ਦਾ ਕੰਪਲੇਨੈਂਟ ਹੈ ਉਹਦੇ ਵਿੱਚ। ਜਿਹੜੇ ਹਲਕਾ ਇੰਚਾਰਜ ਦੀ ਗੱਲ ਕਰਦੇ ਪਏ ਨਾ, ਉਹ ਵੀ ਆਮ ਆਦਮੀ ਪਾਰਟੀ ਦਾ ਬੰਦਾ, ਉਹ ਆਮ ਆਦਮੀ ਪਾਰਟੀ ਨਾਲ ਚੱਲਦਾ, ਰਾਜਕੁਮਾਰ ਦੇ ਨਾਲ ਚੱਲਦਾ ਪਿਆ। ਹਲਕਾ ਇੰਚਾਰਜ ਵੀ ਹੈ ਨੀਗਾ ਉਹ ਹਲਕਾ ਜਿਹਾ ਇੰਚਾਰਜ ਆ, ਹਲਕਾ ਇੰਚਾਰਜ ਹੁੰਦਾ ਤਾਂ ਕਾਹਦੀਆਂ ਗੱਲਾਂ ਸੀਗੀਆਂ। ਸਭ ਤੋਂ ਪਹਿਲਾਂ ਡਾਕਟਰ ਰਾਜਕੁਮਾਰ ਜੀ ਬਾਰੇ ਮੈਂ ਗੱਲ ਕਰਨਾ ਚਾਹੂੰਗੀ। ਡਾਕਟਰ ਰਾਜਕੁਮਾਰ ਜੀ ਬਾਈ ਪ੍ਰੋਫੈਸ਼ਨ ਡਾਕਟਰ ਨੇ, 2 ਵਾਰ ਦੇ ਉਹ ਵਿਧਾਇਕ ਨੇ ਚੱਬੇਵਾਲ ਦੇ, ਮੈਨੂੰ ਤਾਂ ਹੈਰਾਨੀ ਹੁੰਦੀ ਆ ਜਨਤਾ। ਇੱਕ ਮਿੰਟ, ਮੈਂ ਪਾਰਟੀ ਦੀ ਗੱਲ ਨਹੀਂ ਕਰ ਰਹੀ, ਮੈਂ ਲੋਕਾਂ ਦੀ ਗੱਲ। ਅਸੀਂ ਚੇਅਰਮੈਨ ਆ 149 ਪਿੰਡਾਂ ਦਾ, ਵੋਟਾਂ ਪਵਾਈਆਂ ਆ। 2-3 ਸਵਾਲ ਮੈਂ ਗੱਲ ਕਰ ਰਹੀ ਸੀ, ਤੁਸੀਂ ਕੈਂਡੀਡੇਟਸ ਦੇ ਬਾਰੇ ਸਾਰਿਆਂ ਕੋਲੋਂ ਪ੍ਰੀਵਿਊ ਪੁੱਛ ਰਿਹਾ ਸੀ। ਮੈਂ ਸਭ ਤੋਂ ਪਹਿਲੀ ਗੱਲ, ਅਸੀਂ ਪੜ੍ਹੇ ਲਿਖੇ ਐਜੂਕੇਟਡ ਲੋਕਾਂ ਨੂੰ ਨਿਯੋਤਾ ਦਿੰਦੇ ਕਿ ਉਹ ਸੱਤਾ ਚਾਹੁਣ, ਜਿਵੇਂ ਕਿ ਮੈਂ ਪਹਿਲਾਂ ਕਿਹਾ ਅੱਛੇ ਲੋਕ ਐਜੂਕੇਟਡ ਲੋਕ ਆਣਗੇ ਤਾਂ ਰਾਜਨੀਤੀ ਦਾ ਜਿਹੜਾ ਚਰਨ ਆ ਉਹ ਬਦਲੇਗਾ, ਕਿਉਂਕਿ ਹੁਣ ਤੱਕ ਜੇ ਰਾਜਨੀਤੀ ਵਧੀਆ ਲੋਕਾਂ ਦੀ ਹੁੰਦੀ ਤਾਂ ਅੱਜ ਸਾਡਾ ਦੇਸ਼ ਔਰ ਸੂਬਾ ਇੱਥੇ ਨਾ ਖੜਾ ਹੁੰਦਾ, ਪਹਿਲੀ ਗੱਲ। ਦੂਸਰੀ ਗੱਲ, ਭਾਈ ਸਾਹਿਬ ਨੇ ਪਾਣੀਆਂ ਦੇ ਮੁੱਦੇ 'ਤੇ ਬੜਾ ਸੋਹਣਾ ਸਵਾਲ ਕੀਤਾ ਸੀ ਇੱਥੇ ਅੰਕਲ ਜੀ ਨੇ, ਮੈਂ ਪਾਣੀਆਂ ਦੇ ਮੁੱਦੇ 'ਤੇ ਗੱਲ। ਆਮ ਆਦਮੀ ਪਾਰਟੀ ਹਰ ਜਿੰਨੇ ਵੀ ਨੈਚੁਰਲ ਰਿਸੋਰਸਿਸ ਹੈਗੇ ਆ ਉਹਨਾਂ ਨੂੰ ਬਚਾਉਣ ਵਾਸਤੇ ਦਿਨ ਰਾਤ ਇੱਕ ਕਰ ਰਹੀ ਆ। ਮੈਂ ਦੱਸਣਾ ਚਾਹੂੰਗੀ ਕਿ ਬਹੁਤ ਪੁਰਾਣੇ ਜਿਹੜੇ ਨਹਿਰੀ ਖਾਲ ਸੀਗੇ, ਕਿੰਨੇ ਸਾਲਾਂ ਤੋਂ ਜਿਨ੍ਹਾਂ 'ਤੇ ਘਾਹ ਜੰਮ ਗਈ ਸੀ, ਮਿੱਟੀ ਜੰਮ ਗਈ ਸੀ, ਸੀਐਮ ਭਗਵੰਤ ਮਾਨ ਜੀ ਨੇ ਉਹਨਾਂ ਦੇ ਵਿੱਚ ਨਹਿਰੀ ਪਾਣੀ ਚਲਾਤਾ, ਨੈਚੁਰਲ ਰਿਸੋਰਸਿਸ ਦੇ ਉੱਪਰ ਕੰਮ ਕੀਤਾ, ਪਹਿਲੀ ਗੱਲ। ਦੂਸਰਾ ਬੀਜੇਪੀ ਵਾਲਿਆਂ ਨੇ ਮੈਨੂੰ ਇੱਕ ਸਵਾਲ ਕੀਤਾ ਸੀ, ਮੈਂ ਇੱਕੋ ਚੀਜ਼ ਕਹਿਣਾ ਚਾਹੂੰਗੀ, ਅੱਜ ਜਿੰਨੇ ਵੱਡੇ ਘੁਟਾਲੇ ਨੇ ਉਹ ਕਿੱਥੇ ਆ? ਉਹਦਾ ਕ੍ਰੈਡਿਟ ਬੀਜੇਪੀ ਨੂੰ ਜਾਂਦਾ। ਮਣੀਪੁਰ ਘਟਨਾ ਦੀ ਗੱਲ, ਤੁਸੀਂ ਔਰਤਾਂ ਦੇ ਰੱਖਿਆ ਦੀ ਗੱਲ ਕਰਦੇ ਹੋ, ਮਣੀਪੁਰ ਘਟਨਾ ਦੇ ਉੱਪਰ ਤੁਹਾਡੀ ਪਾਰਟੀ ਦਾ ਕੀ ਸਟੈਂਡ ਰਿਹਾ, ਉਹਦੇ ਉੱਪਰ ਮੈਨੂੰ ਕਿਰਪਾ ਕਰਕੇ ਜਵਾਬ ਜ਼ਰੂਰ ਦੇ। ਕੀ ਰੱਖਣਾ ਚਾਹੋਗੇ ਆਪਣੇ ਮੁੱਦਿਆਂ ਤੇ ਇੱਥੇ ਦੇ ਸਵਾਲਾਂ ਦਾ, ਕੀ ਸਵਾਲ ਲੈ? ਬੇਨਤੀ ਇਹੀ ਆ ਪੰਜਾਬ ਦੇ ਦੇਸ਼ ਦੇ ਸਾਰੇ ਵੋਟਰਾਂ ਨੂੰ, 10 ਸਾਲ 'ਚ ਮੋਦੀ ਜੀ ਨੇ ਦੇਸ਼ ਨੂੰ ਜਿੱਥੇ ਤੱਕ ਲੈ ਕੇ ਗਏ ਆ, ਲੋਕਾਂ ਨੇ ਸਮਰਥਨ ਦਿੱਤਾ,
ਪਹਿਲਾਂ ਜਦੋਂ ਆਏ ਸੀ ਅਸੀਂ 200 ਕੁਛ ਸੀਗੀਆਂ ਸੀਟਾਂ, ਉਸ ਤੋਂ ਬਾਅਦ 300 ਪਲੱਸ ਆਏ, ਐਤਕੀ ਅਸੀਂ 400 ਪਲੱਸ ਜਾ ਰਹੇ ਲੋਕਾਂ ਦੇ ਸਹਿਯੋਗ ਨਾਲ। ਇਹ ਲੋਕਾਂ ਨੇ ਜਿਤਾਣਾ, ਉਹਨਾਂ ਨੇ ਵੋਟਾਂ ਪਾਣੀਆਂ। ਹੁਸ਼ਿਆਰਪੁਰ ਦੇ ਕਿਹੜੇ ਮੁੱਦੇ ਲੈ ਕੇ ਤੁਸੀਂ ਲੋਕਾਂ ਦੇ ਅੱਗੇ ਜਾ ਰਹੇ ਹੋ ਉਹ ਦੱਸ। ਡਿਵੈਲਪਮੈਂਟ ਮੁੱਦਾ ਭੈਣ ਜੀ ਸਾਡਾ, ਡਿਵੈਲਪਮੈਂਟ 'ਚ ਕੀ ਹੈ ਜੀ? ਜੋ ਅਸੀਂ ਰੇਲਵੇ ਸਟੇਸ਼ਨ ਬਣਾਇਆ, ਏਅਰਪੋਰਟ ਬਣਾਇਆ, 4 ਲੇਨ ਜਲੰਧਰ ਤੋਂ ਧਰਮਸ਼ਾਲਾ ਬਣਾਈ, ਫਗਵਾੜੇ ਤੋਂ ਹੁਸ਼ਿਆਰਪੁਰ ਬਣਾਇਆ, ਦਿੱਲੀ ਤੋਂ ਆਪਣੇ ਅੰਮ੍ਰਿਤਸਰ ਤੋਂ ਆਨੰਦਪੁਰ ਸਾਹਿਬ ਬਾਇਆ ਟਾਂਡਾ ਕੀਤਾ, ਬਹੁਤ ਘਰ ਘਰ ਅਸੀਂ ਪਾਣੀ ਪਹੁੰਚਾਇਆ, ਘਰ ਘਰ ਸ਼ੌਚਾਲਿਆ। ਇੱਕ ਮਿੰਟ, 20,000 ਲੋਕਾਂ ਨੂੰ ਅਸੀਂ ਕੌਂਸਟੀਚੁਐਂਸੀ 'ਚ ਗਰੀਬਾਂ ਨੂੰ ਘਰ ਦੇ ਚੁੱਕੇ ਹਾਂ, ਇਹ ਲੈ ਕੇ ਜਾਵਾਂਗੇ ਅਸੀਂ। ਜਿਨ੍ਹਾਂ ਦੇ ਬਾਹਰ ਪ੍ਰਧਾਨ ਮੰਤਰੀ ਦੇ ਉਹਨਾਂ ਦਾ ਲਾਭਾਰਥੀ ਦਾ ਨਾਮ ਤੇ ਜੋ ਇਹਨਾਂ ਦਾ ਨਾਮ ਲਿਖਿਆ ਉਹ ਵੋਟਾਂ ਪਾਣਗੇ। ਇਹ ਦੱਸ ਦੇਣ, ਅੱਜ ਤੱਕ ਬੀਜੇਪੀ ਦੀ ਹਰ ਸਕੀਮ ਦਾ ਕਿਸੇ ਨਾ ਕਿਸੇ ਨੂੰ, ਦੇਸ਼ ਦੇ ਹਰ ਬੰਦੇ ਨੂੰ ਉਹਦਾ ਲਾਭ ਮਿਲਿਆ, ਇਹਨਾਂ ਨੂੰ ਵੀ ਮਿਲਿਆ, ਚਾਹੇ ਉਹ ਕੋਵਿਡ ਦੇ ਰੂਪ 'ਚ ਮਿਲਿਆ, ਚਾਹੇ ਟੀਕੇ ਲੱਗੇ, ਇਹਨਾਂ ਨੂੰ ਬਚਾਇਆ। ਅੱਜ ਹੁਣ ਗੱਲਾਂ ਕਰਦੇ ਦੇਖ ਲਓ।